ਕਾਹਦੇ ਲਈ ਇਕੱਠੇ ਹੋਏ? ਪੈਸੇ ਦਿੱਤੇ ਨੀ ਰੈਲੀ ਚ ਜਾਣ ਲਈ? ਇੱਕ ਇੱਕ ਬੰਦਾ ਕਿੰਨੇ ਪੈਸੇ ਚ ਗੱਲ ਹੋਈ ਸੀ? ਅੱਛਾ, ਸਵੇਰ ਤੇ ਗਏ ਸੀ ਜੀ, ਹੁਣ ਛੱਡਿਆ ਜੀ 6 ਵਜੇ ਜੀ। ਕਹਿੰਦੇ ਉਰੇ ਖੜੋ ਜ਼ਿਲ੍ਹਾ ਚੌਂਕ ਚ, ਅਸੀਂ ਆਏ ਤੁਹਾਨੂੰ 3 ਘੰਟੇ ਹੋਏ ਖੜੇ ਨੂੰ ਜੀ। ਕਿੰਨੇ ਬੰਦੇ ਆ ਤੁਹਾਡੇ ਸਾਰੇ? 40 ਬੰਦੇ ਆ। ਬਾਬੂ ਨਾ, 50-55 ਬੰਦੇ ਆ। ਅੱਛਾ, ਕਿੰਨੇ ਰੁਪਏ ਦਿਹਾੜੀ ਗੱਲ ਹੋਈ ਸੀ? 400 ਰੁਪਏ। ਤੇ ਹੁਣ ਕੀ ਕਹਿੰਦੇ? ਆ ਟੀ ਸ਼ਰਟਾਂ ਦਿੱਤੀਆਂ ਸੀ, ਆ ਦਿਖਾਓ। ਅੱਛਾ, ਇਹ ਟੀ ਸ਼ਰਟਾਂ ਦੇ ਦੀਆਂ ਉੱਥੇ ਬਸ। ਹਾਂ, ਮੈਂ ਤਾਂ ਇਹਦਾ ਗਰੀਬਾਂ ਨਾਲ ਧੱਕਾ ਸਵੇਰ ਦੀ। ਬਿਲਕੁਲ 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 ਨਹੀਂ, ਹੁਣ ਤੁਸੀਂ ਉਰੇ ਪੈਸੇ ਲੈਣ ਨੂੰ ਖੜੇ ਆ ਤੇ ਹੁਣ ਕਹਿੰਦੇ ਕੀ ਕਹਿੰਦੇ? ਹੁਣ ਫੋਨ ਨੀ ਚੱਕ ਰਹੇ? ਕੀ ਕਹਿੰਦੇ? 50-50 ਦੇ ਕਰੀਬ ਬੰਦੇ ਸੀ। 700 ਰੁਪਏ ਦਿਹਾੜੀ ਦੀ ਗੱਲ ਹੋਈ ਸੀ। 400 ਰੁਪਏ 400 ਰੁਪਏ 1 ਮਿੰਟ ਕੀ ਕਰ? ਹਾਂਜੀ, 700 ਰੁਪਏ ਦਿਹਾੜੀ ਜਾ ਰਹੀ ਹੈ, ਦਿਹਾੜੀ ਭੰਨ ਕੇ ਗਏ ਆ। ਇਹ ਕਹਿੰਦੇ ਅਸੀਂ 500 ਰੁਪਏ ਦਿਹਾੜੀ ਦੇਣੇ ਆ ਤੁਹਾਨੂੰ, ਰੋਟੀ ਪਾਣੀ ਤੁਹਾਨੂੰ ਨਾਲ ਦੇਣਗੇ। ਭੁੱਖੇ ਦਹੇ ਬੈਠੇ ਆ, ਰੋਟੀ ਪਾਣੀ ਨੀ, ਕੋਈ ਕੁਛ ਨੀ ਮਿਲਣਾ ਤੁਹਾਨੂੰ। ਕਹਿੰਦੇ 4 ਵਜੇ ਤੁਹਾਨੂੰ ਛੱਡ ਦੇਣਗੇ, 4 ਵਜੇ ਤੱਕ ਨਹੀਂ ਛੱਡ ਦੇਣਗੇ। 6 ਵਜੇ ਉੱਥੇ ਵਿਹਲੇ ਹੋਏ ਆ। ਹੁਣ ਜਿਹੜਾ ਗੱਲ ਕਰੋ, ਇੱਕ ਬੰਦਾ ਗੱਲ ਕਰੋ। ਓਕੇ, ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦਵਾਂਗੇ ਪਰ ਬੰਦੇ ਨੂੰ, ਅਜੇ ਤਾਂ ਕੋਈ ਨੀ ਆਇਆ। ਹੁਣ ਪਤਾ ਅੱਗੋਂ ਫੋਨ ਨੀ ਚੱਕ ਰਹੇ ਜੀ, ਅੱਗੋਂ ਦੇ ਫੋਨ ਚੱਕਦੇ ਕਹਿੰਦੇ ਜੀ ਸਵੇਰੇ ਮਿਲਾਂਗੇ ਜੀ। ਹਾਂਜੀ, ਕੋਈ ਨੇੜੇ ਜਾਣ ਵਾਲਾ, ਕੋਈ ਦੂਰ ਜਾਣ ਵਾਲਾ ਜੀ? ਕਿਸੇ ਕੋਲ ਕਿਰਾਇਆ ਵੀ ਨੀ ਹੈਗਾ ਜੀ। ਤੇ ਉਹ ਗਰੀਬ ਬੰਦੇ ਆ ਜਿਹੜੇ ਵਿਚਾਰੇ ਗਏ ਜੀ, ਮਤਲਬ ਉੱਥੇ ਜਾ ਕੇ ਰੈਲੀ ਦੇ ਵਿੱਚ ਫੋਨ ਵੀ ਕੱਢ ਲਿਆ, ਪਰਸ ਵੀ ਕੱਢ ਲਿਆ।